फगवाड़ा दे विच सुनाई दे रहे पंजाब पुलिस मुर्दाबाद अते गुंडागर्दी बंद करो दे नारे किसे विरोधी पार्टी जां संस्था वल्लों नहीं लगाए जा रहे, सगो इह नारेबाजी पंजाब दे विच सत्ता ते काबिज कांग्रेस दी सरकार दे चेयरमैन अते उहनां दे कांग्रेसी वर्करां वल्लों ही लगाए जा रहे हन। इह सुन के तुहानूं हैरानी तां होई ही होवेगी कि खुद कांग्रेसी ही धरने ला रहे हन, पर इस सच है कि फगवाड़ा दे विच कांग्रेस दे वर्करां वल्लों ही नहीं बल्कि पंजाब दे साबका कैबिनेट मंत्री अते मौजूदा चेयरमैन वल्लों धरना लगाया गया। धरना ला रहे कांग्रेसी वर्करां दा कहना है कि बीते दिनी फगवाड़ा दे हदियाबाद इलाके विच इक लड़ाई हुई सी जिस विच पुलिस वल्लों मुख दोषी नूं बचाया जा रहा है, जिस दे चलदे ही उहनां नूं धरना लाउणा पै रहा है, पर सत्ता दे विच अपनी ही सरकार होण दे बावजूद कांग्रेस वर्करां दा धरना लाउणा अते उस धरने दा पंजाब दे मौजूदा चेयरमैन साहब दा साथ देना शहर दे विच इक चर्चा दा विशा बनिया होया है। फगवाड़ा तो हलचल टुडे लई गगन पट्टी दी रिपोर्ट। की मामला है धरना लाया तुसीं? 4 तारीख नूं विनोद कुमार सन ऑफ श्री दर्शन लाल अपने गेट दे विच रात नूं रोटी खा के तकरीबन 8:30 बजे बैठे सी, इहदी मिसेस सी नाल, कोई एक दे चाचे दा मुंडा सी, इक होर बैठा सी। कोई साडे महल्ले दे ही 4 गुंडा आंसर आए जिन्हां ने आउंदिआं ने कुछ नहीं पुछया, एक ने अंदर वड़ के विनोद दे गेट दे सिर 'च दात मारिया, उस तों बाद इहनूं घड़ीस के घरों बाहर लै आंदा, लिया के इहदे 5-6 कृपाना दात मारे। असीं पुलिस नूं इह मंग करदे हां कि विनोद दे जो बयान आ उन्हां दे बयानां दे आधार ते परचा इहनां ते कीता जावे, ना कि किसे दोषी नूं विच्चों बचाया जावे। जदके फगवाड़ा सुनामपुरा पुलिस इक उन्हां दे विच दोषी आ बॉबी नार, जिहदा FRI दे विच ना ही नहीं लिखा इन्हां ने भी हैगा दोषी, 3 दोषी दसते चौथे दोषी नूं बचाउणा चाहुंदी पुलिस। साडी इह मंग आ उस दोषी नूं भी गिरफ्तार कीता जावे, इन्हां ते 307 लाई जावे, उन घर दे अंदर वड़ के इह दे कृपाना मारियां इन्हां ते 452 लाई जावे। जदों विनोद नूं वड्या उस तों 2 मिंट बाद ही उत्थे बॉबी दे फोन तों मेरे फोन ते फोन आउंदा, तूं किथे आ भैं चो, तूं बाहर निकल, तैनूं वढणा असी। ਪੰਜਾਬ ਫਗਵਾੜਾ ਸੁਨਾਮਪੁਰਾ ਪੁਲਿਸ ਕਹਿੰਦੀ ਆ ਬੌਵੀ ਵਿੱਚ ਨਹੀਂ ਗਾ, 2 ਮਿੰਟ 'ਚ ਬੰਨੋ ਨੂੰ ਵੱਢਣ ਤੋਂ ਬਾਅਦ ਮੇਰੇ ਫੋਨ 'ਤੇ ਬੌਵੀ ਦਾ ਫੋਨ ਆਉਂਦਾ। ਬੌਵੀ ਕੌਣ ਹੈ? ਕੌਣ ਹੈ ਬੌਵੀ? ਸਾਡੇ ਮਹੱਲੇ ਦਾ ਬੌਵੀ ਨਾਰ ਹੈ, ਨਾਈ ਦਾ ਕੰਮ ਕਰਦਾ ਹੈ। ਤੇ ਜਦੋਂ ਤੁਸੀਂ ਉਹਦੇ 'ਚ FIR ਦੇ ਵਿੱਚ ਜਦੋਂ ਬਿਆਨ ਹੋ ਰਿਹਾ ਤੇ ਜਿਹੜਾ ਜ਼ਖਮੀ ਬੰਦਾ ਉਹ ਆਪਣੇ ਬਿਆਨ ਦੇ ਰਿਹਾ, ਜ਼ਖਮੀ ਬੰਦੇ ਦੇ ਬਿਆਨ ਦੇ ਵਿੱਚ ਜ਼ਖਮੀ ਬੰਦੇ ਨੇ ਇਹ ਬਿਆਨ ਦਿੱਤੇ ਆ ਬੌਵੀ ਨਾਰ ਆ ਜਿਹੜਾ ਮੇਰਾ 3ਜੀ ਕਿਰਪਾਨ ਮੇਰੇ ਸਿਰ 'ਚ ਚੇਨ ਮਾਰੀ ਆ। ਤੇ ਕੀ ਪੁਲਿਸ ਨੇ ਉਹਦਾ ਬੌਵੀ ਨਾਰ ਦਾ ਨਾਮ ਵਿੱਚ ਪਾਇਆ ਕਿ ਨਹੀਂ? ਸੁਨਾਮਪੁਰਾ ਪੁਲਿਸ ਨੇ ਬੌਵੀ ਦਾ ਨਾਰ ਦਾ ਨਾਮ ਵਿੱਚ ਨਹੀਂ ਪਾਉਂਦੀ। ਕੀ ਕਾਰਨ ਹੈ ਜਿਹੜਾ ਨਾਮ ਵਿੱਚ? ਇਹ ਕੋਈ ਤਾਂ ਪੋਲੀਟੀਕਲ ਪ੍ਰੈਸ਼ਰ ਆ ਜਾਂ ਕੀ ਆ, ਇਹ ਪੁਲਿਸ ਨੂੰ ਪਤਾ ਹੋਊਗਾ ਕਿਉਂ ਨਹੀਂ ਪਾ ਰਹੀ, ਕਿਉਂ ਬਚਾ ਰਹੀ ਆ, ਕੋਈ ਦਵਾ ਆ ਜਾਂ ਕੋਈ ਪੈਸਿਆਂ ਦਾ ਲੈਣ ਦੇਣ ਹੋਇਆ ਜਾਂ ਕੀ ਹੋਇਆ, ਇਹ ਸੁਨਾਮਪੁਰਾ ਪੁਲਿਸ ਦਾ। ਜੇ ਕੀ ਮੰਗ ਕਰਦੇ? ਮੰਗ ਕੀ ਕਰਦੇ ਪ੍ਰਸ਼ਾਸਨ? ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਤੇ 452 ਵੀ ਲਾਈ ਜਾਵੇ, 307 ਵੀ ਲਾਈ ਜਾਵੇ, ਜਿਹੜਾ ਦੋਸ਼ੀ ਬਚਾਉਣਾ ਚਾਹੁੰਦੇ ਉਹ ਦੋਸ਼ੀ ਨੂੰ ਵਿੱਚ ਲਿਆ ਜਾਵੇ ਪਰਚੇ ਦੇ। ਸਾਡੀ ਜੇ ਨਹੀਂ ਪਾਉਂਦੇ ਤੇ ਫਿਰ ਤੁਹਾਡਾ ਨਹੀਂ ਪਾਉਂਦੇ ਤੇ ਅਸੀਂ ਧਰਨਾ ਜਾਰੀ ਆ ਸਰ। ਨੋਦ ਹੈਗਾ ਹਸਪੀਟਲ ਦਾਖਲ ਨਾ, ਲੜਾਈ ਹੋਈ ਸੀ, ਉਹਨੂੰ ਕੁਝ ਬੰਦੇ ਬੁੰਦੇ ਲਪਾਏ ਅਤੇ ਉਹਨਾਂ ਦੇ ਵਿੱਚ ਕੁਛ ਬੰਦੇ ਉਹਨਾਂ ਫੜਿਆ, ਕੁਛ ਫੜ ਲੈਣਗੇ। ਸੀਨ ਅਫੀਸਰ ਨਾਲ ਮੇਰੀ ਗੱਲ ਹੋਈ ਹੈ, ਆਈ ਐਮ ਐਸੇ ਟੂ ਸੋਰੀ ਕਿ ਮੈਨੂੰ ਆਪ ਧਰਨੇ 'ਤੇ ਬਹਿਣਾ ਪਿਆ। ਮੈਂ ਸਮਝਦਾ ਕਿ ਜਿਹੜੀ ਲਾਅ ਆਰਡਰ ਦੀ ਸਿਚੁਏਸ਼ਨ ਹੈ, ਪਰਟੀਕੁਲਰ ਸਤਨਾਮ 'ਤੇ ਸਤਨਾਮ ਪੂਰੇ ਪੁਲਿਸ ਸਟੇਸ਼ਨ ਦੇ ਸਾਹਮਣੇ ਧਰਨਾ ਲੱਗਾ, ਔਰ ਮੈਂ ਇਸ ਗੱਲ 'ਤੇ ਹੈਰਾਨ ਹੈ ਕਿ ਇਹ ਸਿਚੁਏਸ਼ਨ ਇਸ ਤਰ੍ਹਾਂ ਕਿਉਂ ਕਰੀ ਹੋਈ ਹੈ। ਕਿਸੇ ਬੰਦਿਆਂ ਨੂੰ ਜਿਹੜੇ ਗਲਤ ਅਨਸਰ ਹੈਗੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਲੋਕ ਕੀਤਾ ਜਾਂਦਾ ਕਿ ਜਿਹਦੇ ਮਰਜ਼ੀ ਘਰ ਚੱਲ ਜਾਂਦਾ, ਜਿੱਥੇ ਮਰਜ਼ੀ ਜੋ ਮਰਜ਼ੀ ਸ਼ਾਰਟ ਜੋ ਮਰਜ਼ੀ ਸੈੱਟ ਕਰ, ਦਿਸ ਇਜ਼ ਰੋਂਗ। ਮਾਸਾ ਤੁਸੀਂ ਕੱਲ੍ਹ ਵੀਡੀਓ SSP ਨੂੰ ਭੇਜੀ, ਜਿਹੜੀ ਵੀਡੀਓ ਇੱਕ ਵਾਇਰਲ ਹੋਈ ਹੈ, ਉਹਨਾਂ ਨੂੰ ਕਹਿੰਦੇ ਟੇਕ ਐਕਸ਼ਨ। ਮੈਂ ਹੁਣ ਵੀ ਕਿਹਾ ਵੀ ਜਿਹੜੀ ਵੀਡੀਓ ਵਾਇਰਲ ਜੰਕਸ਼ਨ ਤੋਂ ਗਾਣਾ ਟੈਲੀਫੋਨ 'ਤੇ ਕੱਢੋ, ਦਿਸ ਇਜ਼ ਰੋਂਗ। ਮੈਂ ਬੜੇ ਲੰਬੇ ਚਿਰ ਪੋਲੀਟਿਕਸ ਹੈਗਾ ਔਰ ਮੈਂ ਅੱਗੇ ਪੋਲੀਟਿਕਸ 'ਚ ਰਹਿਣਾ। ਮੈਂ ਸਮਝਦਾ ਕਿ ਜੇ ਕਿਸੇ ਦੀ ਵੀ ਇਸ ਤਰ੍ਹਾਂ ਦੀ ਸ਼ਾਇਦ ਹੈਗੀ ਹੈ, ਉਹ ਬਖਸ਼ਿਆ ਜਾਊਗਾ ਕਿ ਐਵੇਂ ਲੋਕਾਂ ਨੂੰ ਭੁਲੇਖੇ ਹੁੰਦੇ ਹੈ ਕਿ ਅਸੀਂ ਕੋਈ ਧੜੇਬੰਦੀ ਕਾਇਮ ਕਰ ਲਈ, ਜੰਕਸ਼ਨ ਕਰਾ ਲਿਆ, ਜਾਣੇ ਮੇਰੀ ਰਾਜਨੀਤੀ ਜਾਂ ਮੇਰੀ ਸੇਵਾ 'ਚ ਇਸ ਤਰ੍ਹਾਂ ਦੇ ਕੰਮ ਹੈ ਨਹੀਂ, ਨਾ ਇਹ ਮੈਂ ਗੱਲ ਟੋਲ ਕਰ। ਸੋ ਮੈਂ ਇਹ ਗੱਲ SHO ਨੂੰ ਵੀ ਕਿਹਾ, SP ਸਾਹਿਬ ਨੂੰ ਵੀ ਕਿਹਾ ਕਿ ਜਿੰਨਾ ਵੀ ਹੈਗਾ ਇਸ ਨੂੰ ਤੁਸੀਂ ਆਪਣੀ ਪਿਕਚਰ ਨੂੰ ਸਬਮਿਟ ਕਰੋ, ਔਰ ਜਿਹੜੇ ਪੰਜਾਬ
बट मैं अपने अपने थोड़े ना अपने जथेबंदी खड़ा कांग्रेस पार्टी ना किसी बंद विद्यार्थी हो गए दे आर सीनियर परसन हीरो हैगा वो सारे साथी है साड़ी इतने बड़ी बड़ी टीम है असी कल कारपोरेशन इलेक्शन है एम एल ए इलेक्शन है असं लड़ने यदा मतलब ये थोड़ा भी साढ़े वर्कर कोई थ्रेड करे जो उन्होंने कोई ऐसा डरावा दे के मगरों बच के इदा की गल नहीं होनी। हाँ जी एसपी साहब जो सतनामपुरा थाने मूहे धरना लगा की कारण किया क्यों लाया गया 119 नंबर 1000 दर्ज सी तीन जड़े मुलजम से वो असी यह विश्वास दिलाया इन्हों कि असी जिस दिन 2-3 दिन के सारे बंद अरैसट कर लगे और जी जिस बंद का नाम लै रहे हैं बॉबी वो बारे जो डिप्स ऑफ इनकुआरी कर रहे हैं बॉबी लड़ाई देखो जो एस एच ओ की वर्डिंग हैगी कि नहीं सी लेकिन फिर ही है क्योंकि ये कह रहे हैं असी इस करके डी एस पी साहब बनाए धरना लगन का कारण किसी वे बॉबी का नाम ही नहीं आया जी इस करके कहते कि इस जो बंदा वा वह नाम पाया जाए असी इन्हों विश्वास दवाया कि किसी नाल बेइंसाफी नहीं होगी धक्का नहीं होगा और ये डी एस पी साहब खुद कर लगे बारे और एग्री हो गए इस काम के सर कोविड-19 की भी उलंघना हुई है वो कोई कार्रवाई हो देखो कोविड-19 के असं करते हैं पहला ਤੁਹਾਡੇ ਨਾਲ ਇੱਕ ਇਸ਼ੂ ਹੈਗਾ ਸੀ ਜਿਹੜਾ ਕਿ ਅਸੀਂ ਸੋਲਵ ਕੀਤਾ ਹੈਗਾ ਦੂਸਰਾ ਵੀ ਦੇਖ ਲੈਂਦੇ ਹਾਂ ਸਰ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਦਾ ਘਰਾ ਕਰਕੇ ਆਮ ਰਾਹਗੀਰ ਨੂੰ ਪਰੇਸ਼ਾਨ ਕੀਤਾ ਗਿਆ ਉਹਦੇ ਵਿੱਚ ਕੋਈ ਕਾਰਵਾਈ ਉਹਦੇ ਵਿੱਚ ਅਸੀਂ ਦੇਖੋ ਮੈਂ ਤੁਹਾਡੇ ਤੁਸੀਂ ਮੇਰੇ ਕੋਲ ਆਏ ਜੇ ਇੱਕਦਮ ਅੰਦਰ ਆਏ ਜੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਹਜੇ ਸਰ ਇਹ ਇੱਕ ਇਸ਼ੂ ਜਿਹੜਾ ਹੈਗਾ ਵਾ ਇਹੋ ਖਤਮ ਹੋ ਜਾਏਗਾ ਵਾ ਦੂਸਰੇ ਬਾਰੇ ਵੀ ਸੋਚ ਲੈਂਦੇ ਕੀ ਹੋਇਆ ਕੀ ਕਾਰਵਾਈ ਕੀਤੀ ਜਾਏਗੀ ਦੇਖੋ ਅਸੀਂ ਜਿਹੜੀ ਹੈਗੀ ਆ ਡੀਏ ਕੋਲ ਰਾਏ ਲਵਾਂਗੇ ਠੀਕ ਹੈ ਜੋ ਕਾਰਵਾਈ ਬਣਦੀ ਹੈ ਡੈਫੀਨੇਟਲੀ।